ਨਹੀਂ ਤਾਂ ਭਾਈ ਮੁੱਲ ਲਿਆਉਣ ਕੇ ਨਾਲ ਘਾਹ ਘੂਹ ਸੁੱਟ ਕੇ ਵਿੱਚ ਭਰ ਲਓ ਬੰਦ ਉੱਥੋਂ ਕਰ ਲਓ, ਜਿੰਨੇ ਮੋਹਰੇ ਬੰਦ ਨਹੀਂ ਸੀ ਕੀਤੇ ਉਹਨਾਂ ਸਾਰੇ ਹੀ ਵੱਗ ਗਏ। ਲਓ ਜੀ, ਨਹੀਂ ਨਹੀਂ ਖਾਓ, ਫੜੋ ਬਿਸਮਿਲ੍ਲਾ ਜੀ। ਹੁਣ ਉਹ ਅੱਗੋਂ ਵੀ ਰੁੜ ਗਿਆ ਲੱਗਦਾ ਹੈ, ਪੂਰੇ ਆ ਭੱਜ ਕੇ ਇੱਧਰ ਆ। ਸੂਰਤ ਮੰਜ਼ਰ ਦੇਖੋ ਸੂਰਜ ਦਾ, ਇਹ ਆਹ ਨਿਕਲ ਰਿਹਾ ਸੂਰਜ ਆ ਜੀ, ਸਾਰਾ ਪਾਣੀ ਇੱਧਰ ਨਾਲ ਰੁੜ ਜਾਂਦਾ ਔਰ ਰੁੜਿਆ, ਸ਼ੁਕਰ ਆ ਹੁੰਦੇ ਉਹ ਦੂਰ ਹੈ ਜਪੜਿਆ ਪਾਣੀ, ਅਤੇ ਦਿਨ ਦਾ ਚਾਨਣ ਵੀ ਹੋ ਗਿਆ। ਕੋਇਲਾਂ ਚਿੜੀਆਂ ਥੱਲੋਂ ਕੁਛ ਨਹੀਂ ਦਿਸਣ ਡਿਆ ਮੈਨੂੰ ਵੀਡੀਓ ਵਾਸਤੇ, ਹਾਂਜੀ। ਅਸਲਾਮ ਵਾਲੇਕੁਮ, ਕੀ ਹਾਲ ਚਾਲ ਸਾਰਿਆਂ ਦਾ ਜੀ? ਸੁਬਾਹ ਦੀਆਂ ਅਜ਼ਾਨਾਂ ਤਕਰੀਬਨ ਹੋਣ ਲੱਗੀਆਂ, ਅਸੀਂ ਚੱਲੇ ਹਾਂ ਪਾਣੀ ਲਾਉਣ, ਪਾਣੀ ਦੀ ਵਾਰੀ ਆ ਅੱਜ, ਅਤੇ ਨਾਲ ਭਾਅ ਜੀ ਆ ਉਹ ਵੀ ਚੱਲਾ। ਉਹ ਵੇਖੋ ਚੰਦ ਨਜ਼ਰ ਆ ਰਿਹਾ, ਚੰਦ ਤਕਰੀਬਨ ਠਾਂ ਹੀ ਚੱਲਾ, ਅਤੇ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਨਾਲ, ਅੱਜ ਤੁਹਾਨੂੰ ਅੱਗੋਂ ਫਲੈਸ਼ ਲਾਈਟ ਵੱਜਦੀ, ਮੈਨੂੰ ਨਜ਼ਰ ਕੁਛ ਨਹੀਂ ਆ ਰਿਹਾ, ਪਤਾ ਨਹੀਂ ਵੀਡੀਓ ਸਹੀ ਬਣ ਰਹੀ ਕਿ ਨਹੀਂ। ਅਤੇ ਭਾਅ ਜੀ ਚੱਲ ਗਿਆ ਅੰਦਰ ਕਈਆਂ ਲੈਣ, ਅਤੇ ਪਾਣੀ ਵੀ ਥੋੜ੍ਹਾ ਸ਼ਹਿਰ ਨਾਲ ਟੂਲ ਵੀ ਚਲਾਉਣਾ ਪਵੇ, ਅੱਜ ਤਕਰੀਬਨ 4 ਵਜੇ ਲੱਗ ਜਾਣਾ ਪਾਣੀ, ਅਤੇ 33 ਕੁ ਮਿੰਟ ਹੋ ਗਏ, 3:33, ਅਤੇ ਤਿਲੀ ਤੁਲੀ ਲਾਉਣੀ ਹੈ ਨਾਲ, ਕਿਉਂਕਿ ਪਾਣੀ ਥੋੜ੍ਹਾ ਕਣਕਾਂ ਤੋਂ ਬਾਅਦ ਨਹਿਰ ਚਲੀ ਗਈ ਸੀ, ਹੁਣ ਆਈ ਹੈ, ਅਤੇ ਬਾਕੀ ਚੈਨਲ ਸਬਸਕ੍ਰਾਈਬ ਕਰ ਦਿਓ, ਰੇੜੀ ਹੀ ਵੱਜਣ ਲੱਗਾ ਵਿੱਚ ਹੋਣੇ, ਅਤੇ ਨਾਲ ਫਿਰ ਸੁਬਾਹ ਚਲੋ ਜੀ ਅਜ਼ਾਨਾ ਸ਼ੁਰੂ ਹੋ ਗਈ, ਨਾਲੇ ਨਾਲ ਸਬਸਕ੍ਰਾਈਬ ਕਰ ਦਿਓ, ਓਕੇ, ਨਾਲ ਨਾਲ ਤੁਹਾਨੂੰ ਵੀਡੀਓ ਦਿਖਾਵਾਂਗੇ ਜੀ। ਓਏ ਅੱਗੋਂ ਫਲੈਸ਼ ਵਾ ਆਉਣ ਡਿਆ, ਅਲਾ ਹੋ ਚੱਲਾ ਜੀ ਪਾਣੀ ਦਾ ਟਾਈਮ, ਥੱਲੋਂ ਕੁਛ ਨਹੀਂ ਦਿਸਣ ਡਿਆ ਮੈਨੂੰ ਵੀਡੀਓ ਵਾਸਤੇ, ਐਨ ਹੋ ਜਾਂਦਾ ਫਿਰ ਦਿਸੂ, ਪਿੱਛੇ ਵੀ ਮੋਬਾਈਲ ਆ ਨਾ, ਚੈਨਲ ਕਰ ਦਿਓ ਸਬਸਕ੍ਰਾਈਬ। ਹਨੇਰਾ ਹੋ ਗਿਆ, ਹਨੇਰਾ ਕਿ ਹੁਣ ਮਤਲਬ ਚਾਨਣ ਹੋਣਾ ਨਾਲ ਨਾਲ, ਸੁਬਾਹ ਦਾ ਸੂਰਜ ਨਿਕਲਣ ਦੇ ਕੋਈ ਘੰਟੇ ਤੱਕ ਰੋਸ਼ਨੀ ਹੋ ਜਾਏਗੀ, ਘੰਟੇ ਤੋਂ ਪਹਿਲੇ ਅੱਬਲ ਮਾਸਟਰ ਅੱਗੇ ਮੰਨਦਾ ਹੁੰਦਾ, ਤੁਸੀਂ ਰਹਿ ਗਏ ਜੇ ਦੋ, ਤੁਸੀਂ ਤੂੰ ਇਕੱਲਾ ਰਹਿ ਗਿਆ, ਉਹਨੇ ਤਾਂ ਭਾਈ ਮੁੱਲ ਲਿਆਉਣ ਕੇ ਨਾਲ ਘਾਹ ਘੂਹ ਸੁੱਟ ਕੇ ਵਿੱਚ ਭਰ ਲਓ ਬੰਦ ਉੱਥੋਂ ਕਰ ਲਓ, ਜਿੰਨੇ ਮੋਹਰੇ ਬੰਦ ਨਹੀਂ ਸੀ ਕੀਤੇ ਉਹਨਾਂ ਸਾਰੇ ਹੀ ਵੱਗ ਗਏ, ਪਹਿਲਾਂ ਇੱਥੇ ਢੱਕਣੇ ਤਾਂ ਚਾਰੇ ਨੇ ਵੀ ਪੱਕੇ ਰੁੜ ਗਿਆ, ਫਿਰ ਉਹ ਬੰਨ ਕੇ ਫਿਰ ਰੋੜਿਆ, ਅਤੇ ਬੰਦਾ ਤੈਨੂੰ ਇਲਾਜ ਵੀ ਨਾ ਹੋ ਲਿਆਉਣਾ ਚਾਹੀਦਾ, ਫਿਰ ਇਹੀ ਹੱਲ ਆ, ਮੈਂ ਨੂੰ ਵੱਢੂ ਫਿਰ। ਹਾਂਜੀ ਲਓ ਜੀ, ਪਹੁੰਚ ਗਏ ਪਾਣੀ ਦੇ, ਪਾਣੀ 'ਚ ਰਹਿ ਗਿਆ ਥੋੜ੍ਹਾ ਟਾਈਮ, ਭਾਅ ਜੀ ਚੱਲ ਗਿਆ ਅੱਗੇ, ਉਹ ਦੇਖੂਗਾ ਬੰਦੀ ਬੁੰਦੀ, ਅਤੇ ਅੱਜ ਇਹਨਾਂ ਦਾ ਪਹਿਲੇ ਪਾਣੀ ਸੀ ਉਹ ਵੀ ਚਲੇ ਗਏ, ਅਤੇ ਆਪਾਂ ਭਾਈ ਇਮਾਨਦਾਰੀ ਕਰਾਂਗੇ, ਜਿੰਨਾ ਟਾਈਮ ਹੋਇਆ ਉਦੋਂ ਹੀ ਆਪਾਂ ਨਕਾ ਦੂਸਰੀ ਸਾਈਡ 'ਤੇ ਬਦਲਾਂਗੇ, ਬਾਕੀ ਇੱਕ ਅੱਗੇ ਆ ਆਪਣੀਆਂ ਪੈਲੀਆਂ 'ਤੇ ਐ ਵਾ, ਦੇਖੋ ਐ ਭਰੀ ਗਈ, ਮੈਂ ਵੀ ਭਰਾਂਗਾ ਕਿਉਂਕਿ ਤੇਲੀ ਲਾਉਣੀ ਹੈ, ਨਹੀਂ ਤਾਂ ਭਾਅ ਜੀ ਨੇ ਲਾਉਣਾ ਪਾਣੀ, ਅੱਗੇ ਬੜੀ ਲੇਟ ਹੋ ਗਈ ਤੇਲੀ 'ਤੇ। ਤੈਨੂੰ ਹੁਣ ਟੂਲ ਨੇ ਹੋਰ ਕਿਸੇ ਨੂੰ ਚਲਾ ਲੱਗਣ ਚੱਲਣ ਡਿਆ ਜਿਵੇਂ,
ਲੈ ਅੱਗੇ ਗੱਲ ਨਹੀਂ ਕਰਨ ਡਿਆ, ਵਧੀਆ ਵਧੀਆ ਬਣਾਈ ਦੀਆਂ ਨਾਲ ਟੈਫੂ ਤੇਰੀ ਕਈ ਕਿੱਥੇ ਮੇਰੀ ਕਿੱਥੇ ਆ ਕਈ ਫੜਾ ਲਓ ਜੀ ਪਾਣੀ ਹਾਂ ਆਓ ਫੜਾ ਮੇਰੇ ਕਈ ਕੀ ਕਰ ਗਿਆ ਆਖੇ ਹਾਂਜੀ ਲਓ ਜੀ ਪਾਣੀ ਲੱਗ ਗਿਆ ਬੰਨ ਲਿਆ ਇੱਧਰ ਨੂੰ ਇਸ ਬੰਨੇ ਨੂੰ ਨਾਲ ਨਾਲ ਤੁਰੇ ਜਾਂਦੇ ਹਾਂ ਅਤੇ ਇਹ ਵੇਖੋ ਰੋਸ਼ਨੀ ਵੀ ਹੋ ਗਈ ਹੈ ਸੁਬਹਾ ਸੁਬਹਾ ਸਕੂਨ ਠੰਡਾ ਠੰਡੀ ਜਿਹੀ ਨਾ ਮੌਸਮ ਠੰਡਾ ਠੰਡਾ ਜਿਹਾ ਹੋਇਆ ਸਕੂਨ ਹੁੰਦਾ ਅਤੇ ਇਹ ਜਿਹੜੀਆਂ ਚਿੜੀਆਂ ਚੀ ਚੀ ਅਤੇ ਕੋਇਲਾਂ ਵੇਖੋ ਸੁਣ ਰਹੇ ਹੋ ਬਸ ਬਹੁਤ ਸਕੂਨ ਮਿਲਦਾ ਬਹੁਤ ਇਹਨੂੰ ਕਹਿੰਦੇ ਆ ਪਿੰਡ ਇਹਨਾਂ ਨੂੰ ਕਹਿੰਦੇ ਆ ਦੇ ਖੇਤ ਇਹਨੂੰ ਕਹਿੰਦੇ ਆ ਪੈਲੀਆਂ ਇਹਨੂੰ ਕਹਿੰਦੇ ਆ ਦੇਸੀ ਮਾਹੌਲ ਅਰੇ ਕਹਿਣਾ ਕਿਆ ਚਾਹਤੇ ਹੋ ਜੀ ਲਓ ਜੀ ਵੇਖ ਲਓ ਅਜੇ ਤੱਕ ਪਾਣੀ ਇੱਥੇ ਨਹੀਂ ਅੱਪੜਿਆ ਉਹ ਦੂਰ ਹੈ ਅੱਪੜਿਆ ਪਾਣੀ ਅਤੇ ਦਿਨ ਦਾ ਚਾਨਣ ਵੀ ਹੋ ਗਿਆ ਕੋਇਲਾਂ ਚਿੜੀਆਂ ਘੂ ਘੂ ਕਰ ਰਹੀਆਂ ਹੈ ਪੈਲੀਆਂ ਤਕਰੀਬਨ ਸਾਰੀਆਂ ਖਾਲੀਆਂ ਹੀ ਤੁਹਾਨੂੰ ਨਜ਼ਰ ਆਉਣਗੀਆਂ ਕਿਉਂਕਿ ਕਣਕਾਂ ਵੱਢੀਆਂ ਅਤੇ ਜ਼ਾਹਰ ਵਾਢੀ ਆ ਸਾਰੇ ਪਏ ਅਤੇ ਆਹ ਪੱਠੇ ਪੁੱਠੇ ਬੀਜਿਆ ਵੇ ਛੋਟੇ ਛੋਟੇ ਉੱਗਣ ਡਿਆ ਚਰੀਆਂ ਬੀਜੀਆਂ ਕੋਈ ਤਿਲੀ ਬੀਜਣ ਡਿਆ ਠੀਕ ਆ ਅਤੇ ਮੰਮੀ ਤਿਲੀ ਬੀਜਣੀ ਸੀ ਉਹ ਟੋਲ ਵਾਲਾ ਪ੍ਰੈਂਕ ਹੋ ਗਿਆ ਸਾਡੇ ਨਾਲ ਰਾਤ ਉਹਨੇ ਆਖਿਆ ਨਹੀਂ ਭਾਅ ਜੀ ਉਹ ਟੋਲ ਕਿਸੇ ਹੋਰ ਨੇ ਚਲਾ ਲਿਆ ਨਾਲ ਪਾਣੀ 'ਤੇ ਲੱਗਾ ਹੁੰਦਾ ਚਲੋ ਪਾਣੀ ਲੱਗ ਜਾਂਦਾ ਅਤੇ ਪੈਲੀ ਵਾਹਵਾ ਭਰ ਜਾਣੀ ਸੀ ਅੱਛਾ ਮੈਨੂੰ ਲੱਗਦਾ 16 ਦਿਨ ਹੋਰ ਮੇਰੇ ਬੰਨੇ ਕਿਉਂਕਿ 8-12 ਕੁ ਦਿਨ ਹੋ ਜਾਣੇ ਆ 8 ਦਿਨਾਂ ਬਾਅਦ ਫਿਰ ਪਾਣੀ ਲੱਗਣਾ ਅਤੇ ਉਹ ਫਿਰ 3-4 ਦਿਨ ਫਿਰ ਉਹਨੂੰ ਵੱਤਰਾ ਆਉਣ 'ਤੇ ਲੱਗਣਾ ਅਤੇ ਇੰਨੇ ਕੁ ਦਿਨ ਲੇਟ ਹੋ ਜਾਣਾ ਫਿਰ ਮੈਂ ਇਹ ਦੇਖੋ ਲਓ ਜੀ ਪਾਣੀ ਪਹੁੰਚ ਗਿਆ ਇੱਥੇ ਆਸਤਾ ਆਸਤਾ ਪਿੱਛੋਂ ਜਿਵੇਂ ਜਿਵੇਂ ਖਾਲ ਭਰੀ ਜਾ ਰਿਹਾ ਵੇਖੋ ਇੱਥੇ ਆ ਗਿਆ ਪਾਣੀ ਇਹ ਸਿੱਧਾ ਪਾਣੀ ਜਾਇਆ ਗਿਆ ਇੱਧਰ ਹੁਣ ਨੱਕਾ ਲਾਇਆ ਵਾ ਆ ਗਿਆ ਜੀ ਪਾਣੀ ਇੱਥੋਂ ਬਹੁਤ ਬਹੁਤ ਮੁਸ਼ਕਲ ਆ ਇੱਥੇ ਪੈਰਾ ਦੇਣਾ ਪੈਂਦਾ ਕਿਉਂਕਿ ਨਾਲੋਂ ਆ ਪੈਲੀ ਨੀਵੀਂ ਅਤੇ ਹਰ ਵਾਰੀ ਇੱਥੇ ਰੁੜਿਆ ਹੁੰਦਾ ਪਾਣੀ ਆ ਵੇਖੋ ਇਹ ਵਿਖਾਉਂਦਾ ਤੁਹਾਨੂੰ ਇੱਥੋਂ ਤੁਰਨਾ ਮੁਸ਼ਕਲ ਪੈਂਦਾ ਵੇਖੋ ਆ ਵੇਖੋ ਸਾਰਾ ਪਾਣੀ ਇੱਧਰ ਨਾਲ ਰੁੜ ਜਾਂਦਾ ਔਰ ਰੁੜਿਆ ਸ਼ੁਕਰ ਆ ਹੁੰਦੇ ਉਹਨੂੰ ਹੁੰਦਾ ਜਾਂਦਾ ਠੀਕ ਆ ਅਤੇ ਥੋੜ੍ਹਾ ਬਹੁਤਾ ਵੇਖਦੇ ਰਹਾਂਗੇ ਨਹੀਂ ਤਾਂ ਬਹੁਤ ਮੁਸ਼ਕਲ ਹੁੰਦਾ ਇੱਥੇ ਇੱਕ ਵਾਰੀ ਪਾਣੀ ਰੁੜ ਜੇ ਸਮਝੋ ਫਿਰ ਬਸ ਬਸ ਹੋ ਜਾਂਦੀ ਹੈ ਹਾਂਜੀ ਲਓ ਜੀ ਪਾਣੀ ਲੱਗ ਗਿਆ ਬੰਨ ਵੀ ਦਿੱਤਾ ਇੱਥੋਂ ਲਾਪਿਆ ਸੀ ਵਗਨ ਬੰਨਤਾ ਅਤੇ ਸੂਰਜ ਨਿਕਲਣ ਡਿਆ ਦਿਖਾਵਾਂ ਤੁਹਾਨੂੰ ਐਂ ਦੇਖੋ ਸੂਰਜ ਨਿਕਲਣ ਡਿਆ ਖੂਬਸੂਰਤ ਮੰਜ਼ਰ ਦੇਖੋ ਸੂਰਜ ਦਾ ਆਹ ਨਿਕਲ ਰਿਹਾ ਸੂਰਜ ਆ ਜੀ ਸੂਰਜ ਨਿਕਲ ਰਿਹਾ ਦੇਖ ਲਓ ਪਿੰਡ 'ਚ ਕਿੱਡਾ ਹਸੀਨ ਮੌਸਮ ਹਸੀਨ ਸੀਨ ਚਿੜੀਆਂ ਦੀ ਚੂੰ ਚੂੰ ਟਟਿਓਲੀਆਂ ਕੋਇਲਾਂ ਅਤੇ ਵਾਹ ਕਿਆ ਹੀ ਬਾਤ ਆ ਸਕੂਨ ਸਕੂਨ ਆ ਰਿਹਾ ਯਾਰ ਮਤਲਬ ਆਲੂਦਗੀ ਤੋਂ ਪਾਕ ਫਜ਼ਾ ਹਵਾ ਤਾਂ ਨਹੀਂ ਵਾਗ ਰਹੀ ਲੇਕਿਨ ਮੌਸਮ ਬਹੁਤ ਹੀ ਠੰਡਾ ਲੱਗ ਰਿਹਾ ਆਲੂਦਗੀ ਨਹੀਂ ਆ ਸਾਹ ਲੈਣ 'ਚ ਵੀ ਮਜ਼ਾ ਆਉਣ ਡਿਆ ਠੀਕ ਆ ਇਹ ਬੜੀ ਅੱਛੀ ਬਾਤ ਕਹੀ ਆ ਠੰਡੀ ਮਾੜੀ ਮਾੜੀ ਤੋਂ ਜ਼ਿਆਦਾ ਹੋ ਜਾਣੀ ਹੋਣਾ ਵਿੱਚੋਂ ਲੱਭੇਗਾ ਇੱਕ ਤਾਂ ਪਹਿਲੀ ਗੱਲ ਲੱਭਦੀ ਨਹੀਂ ਛੇਤੀ ਆ ਘਾਹ ਘੂ ਰੱਖ ਕੇ ਕੀਤੀ ਆ ਅੱਗੇ ਆ ਮੇਰੇ ਵੱਜ ਗਈ ਕੋਈ ਚੀਜ਼ ਘਾਹ ਹੀ ਵੱਜਿਆ ਅੱਗੇ ਇੱਥੋਂ ਰੁੜ ਗਿਆ ਸੀ ਅਤੇ ਸਮਝ ਲਓ ਕਿ ਜਿੰਨੀ ਦੇਰ 3 ਘੰਟੇ ਕੋਈ ਹੈ ਆ 6 ਕੁ ਮਿੰਟ ਪਾਣੀ ਆ ਸਾਡਾ 3 ਘੰਟੇ 6 ਮਿੰਟ
ਉਨੀ ਦੇਰ ਤੱਕ ਜ਼ਲੀਲ ਹੀ ਹੋਣਾ। ਉਹ ਅੱਗੋਂ ਵੀ ਰੁੜ ਗਿਆ ਲੱਗਦਾ ਹੈ, ਪੂਰੇ ਆ ਭੱਜ ਕੇ ਇੱਧਰ ਆ ਆਵੇ, ਭੱਜ 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 ਇੱਥੇ ਹੀ। ਲਓ ਜੀ ਬੜੀ ਮੁਸ਼ਕਿਲ ਜਾ ਕੇ ਸੀਰ ਲੱਭੀ ਹੈ ਅਤੇ ਹੁਣ ਜਾ ਕੇ ਬੰਦ ਹੋਇਆ। ਆ ਵੇਖੋ ਓਹੋ ਲਓ ਜੀ, ਨਹੀਂ ਨਹੀਂ ਖਾਓ ਫੜੋ ਬਿਸਮਿਲ੍ਲਾ ਤਰਪਾਲੀ। ਹਾਂਜੀ 8:10 ਹੋ ਗਏ ਅਤੇ ਪਾਣੀ ਗਿਆ ਮੁੱਕ, ਪਿੱਛੋਂ ਵੱਜ ਗਿਆ ਅਤੇ ਪਾਣੀ ਪੂਣੀ ਲਾ ਲਿਆ ਸਾਰਾ ਅਤੇ ਹੁਣ ਚੱਲੇ ਹਾਂ ਘਰ। ਅਤੇ ਹੁਣ ਚੈਨਲ ਸਬਸਕ੍ਰਾਈਬ ਕਰ ਦਿਓ ਯਾਰ, ਬਹੁਤ ਮਿਹਰਬਾਨੀ ਹੋਏਗੀ। 1000 ਸਬਸਕ੍ਰਾਈਬਰ ਹੀ ਤਕਰੀਬਨ 15-16 ਦਿਨ ਹੋ ਗਏ ਆ, 950-55 ਦੇ ਖਲੋਤੇ ਆ, ਅੱਜ ਹੋਏ ਆ 975 ਅਤੇ 1000 ਤਾਂ ਕਰੋ ਨਾ ਯਾਰ, ਔਖੇ ਸੌਖੇ 1000 ਸਬਸਕ੍ਰਾਈਬਰ। ਠੀਕ ਆ, ਓਕੇ ਫਿਰ ਅੱਲਾ ਹਾਫਿਜ਼, ਕਰ ਦਿਓ ਸਬਸਕ੍ਰਾਈਬ।